दसौंधी है पिंड की खेडू दिलप्रीत गिल कनेडा क्लब बारह की टीम के नाल मैच जिहड़ा खेडिया जाना पहला सैमीफाइनल मुकाबला लाओ जी वीरे चैने वाले रह सरदा जी किन्ने स्कोर किन्ने मन वीर पांच चैने वाले नौ रह सरदे आ जी नौ जीरो तो साइडा चेंज हुई सी चैने वाले मुंडे ने पांच नंबर कर लिया बई शेरू का दिखावांगे सेमीफाइनल हर मंथ राज अपनी टीम के लिए खेड के मैदान के अंदर मैच के भी तगड़ा जरा खेलिया जा रहा है ਖਰਾਬ ਕਰਨ ਵਾਲਾ ਕੰਮ ਇਹ ਤਾਂ ਜਦੀ ਕੋਈ ਹੀਟ ਹੋ ਕੇ ਉਹ ਵੱਡ ਹੋ ਜਾਣੇ ਕਿੰਨੇ ਹੋ ਗਏ ਸਚਨ 6 ਹੋ ਗਿਆ 6 9 ਹੋ ਗਏ ਜੀ ਡੀਸੀ ਹਰ ਗਿਆ ਸੀਗਾ ਸ੍ਰੇਸ਼ ਰਾਮਕੋਟ ਨੂੰ ਹਰ ਗਿਆ ਡੀਸੀ ਸਿਮਰੇ ਜੱਸੇ ਦਾ ਮੈਚ ਹੀ ਚੱਲੀ ਜਾਂਦਾ ਸਾਹਮਣੇ ਦੇਖੋ ਵੀਰੇ ਸਚਨ ਸਤੀਰ ਵਾਲੀ ਨਾਲ ਚੈਣੇ ਵਾਲੀ ਟੀਮ ਨਾਲ ਕੈਮਰੇ ਸਾਹਮਣੇ ਚੈਣੇ ਵਾਲੀ ਟੀਮ ਸਚਨ ਸਤੀਰ ਵਾਲੀ ਦੂਜੇ ਪਾਸੇ ਟੀਮ ਰੈਸਰ ਦੀ ਆ ਜੀ ਪਰਥੀ ਖੇਡਦਾ ਨਾ ਕਰਿਆ ਸਰੇ ਦਾ ਮੈਚ ਲਾਈਵ ਚੱਲਦਾ ਸਰਪੰਚ ਟੂੜੇ ਵਾਲੇ ਪੇਜ ਤੇ ਛੇ ਨੌ ਆ ਵੀਰੇ ਸਕੋਰ ਸਿਮਰੇ ਛੇ ਚੈਨੇ ਵਾਲਾ ਨੌ ਆ ਸਰ ਸ਼ੇਰੂ ਦਾ ਮੈਂ ਦਸਾਉਂਦੀ ਆ ਨਾ ਨਿਕਲਿਆ ਵੀਰੇ ਸੈਮੀਫਾਈਨਲ ਜੀ ਦਸਾਉਂਦੀ ਅੱਜ ਹਰਮਣਾ ਸਰਾਜ ਵਾਲੀ ਆ ਬਾਲ ਕਿੰਨੀ ਕਾਲੀ ਹੋਈ ਪਈ ਹੈ ਨਾ ਬਾਲੀ ਭਾਰੀ ਕਾ ਕਾਲੀ ਹੋਈ ਪਈ ਹੈ ਜਮੇ ਇੱਕ ਸੂਰਜ ਪੈਂਦਾ ਕੂੰ ਕਾਲੀ ਵਾਲਾ ਫੇਰ ਹੀ ਨਹੀਂ ਲਿਆ ਵਰਿੰਦਰ ਜੀ ਚਾਬੀ ਦੇ ਦੋ ਮੈਨੂੰ ਕਦੋਂ ਫੜਾਈ ਚਾਬੀ ਦਾ ਜੌਂਕੀ ਗੋਲੀ ਹੋਈ ਲਓ ਸਾਹਮਣੇ ਇਧਰਲੇ ਪਾਸੇ 3 ਨੰਬਰ ਗਰਾਊਂਡ ਦਾ ਮੈਚ ਬਿਲਕੁਲ ਬਰਾਬਰੀ ਤੇ ਜਿਹੜਾ ਖੇਡਿਆ ਜਾ ਰਿਹਾ ਹੈ ਦੋਨਾਂ ਟੀਮਾਂ ਦਾ ਕਿਤੇ ਜ਼ੋਰ ਪੂਰਾ ਲੱਗਿਆ ਪਰ ਇਧਰਲੇ ਪਾਸੇ ਨੈਟ ਮੈਨ ਕਿਤੇ ਗਲਤੀ ਕਰ ਗਿਆ ਮੁੰਡਾ ਤੇ ਬਾਲ ਸ਼ੇਰ ਵਾਲਾ ਦਿਖਾਵਾਂਗੇ ਦਿਖਾਵਾਂਗੇ ਵੀਰੇ ਆਊਟ ਹੈ ਜੀ ਜੌਂਟੀ ਹਰ ਗਿਆ ਬਾਲ ਜਿਹੜੀ ਆਊਟ ਆ ਤੇ ਸਫਲਤਾ ਇਧਰਲੇ ਪਾਸੇ ਰਾਇਲਸਰ ਦੀ ਟੀਮ ਦੇ ਸੇ ਜਿਹੜੀ ਜਾ ਜੁੜ ਗਈ ਹੈ ਇੱਕ ਪਾਸੇ ਕਿਤੇ ਟੀਮ ਜਿਹੜੀ ਜ਼ਿਲ੍ਹੇ ਮਾਨਸੇ ਦੀ ਦੂਜੇ ਪਾਸੇ ਟੀਮ ਮੇਰੇ ਮਿੱਤਰੋ ਵੀਰੇ ਜ਼ਿਲ੍ਹੇ ਬਰਨਾਲੇ ਦੀ ਦੋਵੇਂ ਟੀਮਾਂ ਕਿਤੇ ਬੰਨੀਆਂ ਤੇ ਪਰਵੰਨੀਆਂ ਟੀਮਾਂ ਜਿਹੜੀ ਇਹਨਾਂ 'ਚ ਜਿੱਤ ਗਈ ਖੇਡੂਗੀ 3 ਨੰਬਰ ਦੀ ਜੇਤੂ ਦੇ ਨਾਲ ਗੱਲਾਂ ਜਿਹੜੀਆਂ ਹੋਣ ਗਈਆਂ ਕੁਆਟਰ ਮੈਚ ਆ ਜੀ ਲਾਸਟ ਕੁਆਟਰ ਪਾਰੀ ਦਾ ਮੈਚ ਜਿਹੜਾ ਖੇਡਿਆ ਜਾਣਾ ਦਸੌਂਧੀਏ ਦੀ ਟੀਮ ਦੇ ਨਾਲ ਇਸ ਤੋਂ ਬਾਅਦ ਦੋ ਸੈਮੀ ਤੇ ਇੱਕ ਫਾਈਨਲ ਮੁਕਾਬਲਾ ਜਿਹੜਾ ਆਪਣੇ ਕੋਲ ਬਾਕੀ ਹੈ ਅੱਜ ਦੇ ਸਖੇ ਟੂਰਨਾਮੈਂਟ ਦਾ ਗੱਲਾਂ ਬਾਤਾਂ ਕਿਤੇ ਹੋਣ ਗਈਆਂ ਕਿਹੜੀਆਂ ਭਾਗਾਂ ਦੀਆਂ ਟੀਮਾਂ ਹੋਣ ਗਈਆਂ ਜਿਨ੍ਹਾਂ ਦੀ ਇੱਕ ਵੱਡੇ ਪ੍ਰਾਈਜ਼ ਤੇ ਜਿਹੜੀ ਮੋਹਰ ਲਾ ਕੇ ਜਿਹੜੀ ਬੱਲੇ ਬੱਲੇ ਕਰਵਾਉਣੀ ਹੈ ਕੰਮ ਰਹਿਣ ਦਾ ਵਾਰ ਹੈ ਜਿਹੜਾ ਮਾਨ ਕਿਤੇ ਚਾਹੀਦਾ ਹੈ ਉਹ ਮੈਂ ਨਹੀਂ ਆ
ਨਵਾਬ ਖੇਡਿਆ ਸੀਗਾ ਮੇਰੇ ਹਿਸਾਬ ਨਾਲ ਚੈਣੇਵਾਲ ਦੀ ਸੀ ਟੀਮ 'ਚ ਸ਼ੇਰੂ ਤੋਂ ਹਰ ਗਿਆ ਜੀ ਤਰਨ ਬਾਈ ਨਹੀਂ ਨਹੀਂ ਰਬਾੜੀ ਦਾ ਕਿੱਥੇ ਜਾਊ ਜੱਸਾ ਬਾਈ ਹੁਣ ਚੱਲਦੇ ਪਿਆ ਦੀ ਰਬਾੜੀ ਬਣ ਜੂ ਉਹਨੂੰ ਤਿੰਨ ਤੇ ਹੋ ਗਿਆ ਬਾਈ ਖਤਮ ਮਾਨ ਖੜਾ ਜਿੱਤ ਗਈ ਜੀ ਮੁੰਡੇ ਸੈਮੀ 'ਚ ਪੁੱਜ ਗਏ ਨੇ ਸ਼ੇਰੂ ਦਾ ਮੈਚ ਦਿਖਾਉਂਦੀ ਆ ਜਿਹੜੀ ਇਹਨਾਂ ਜੇਤੂ ਖੇਡੂ ਮਾਨ ਖੇੜੇ ਨਾਲ ਸੈਮੀ ਪਹਿਲਾ ਸੈਮੀ ਹੋਣਾ ਸ਼ੇਰੂ ਦਾ ਦਿਖਾਉਂਦੀ ਆ ਟੀਮ ਨਾਲ ਹਰਮਨ ਸਰਾਜ ਵਾਲੇ ਨਾਲ ਬਾਈ ਉਹ ਬਾਲ ਵੇ ਜੱਸੀ ਆ ਬਹੁਤ ਸੋਹਣੀ ਬਾਲ ਚੇਂਜ ਹੀ ਆਣਾ ਮੈਂ ਕਿਹਾ ਹੁਣ ਆਪਣੇ ਫਰੇਸ਼ਨ ਕੱਠ ਜਾ ਕਰਿਆ ਸੀ ਬਹੁਤ ਫਰਕ ਦੇਖੋ 16 ਨੂੰ ਲੱਗ ਜੂ ਪਤਾ ਬਈ ਇੱਥੋਂ ਲਾਗੂ ਕਰਨਾ ਟਾਈਮ ਦਾ ਨਾਲੇ ਤਾਂ 9 ਨਹੀਂ ਕਹਿੰਦੇ ਬਈ ਦੇਖੋ ਜੇ ਹੋ ਗਿਆ 9 ਨੂੰ ਮੇਰੇ ਹਾਨਾਂ ਦਾ 16 ਨੂੰ ਬਾਕੀ 9 ਨੂੰ ਬਾਕੀ ਪਤਾ ਲੱਗ ਜੂ ਹੋ ਜਾਵੇ ਤਾਂ ਵਧੀਆ ਯਾਰ ਨਹੀਂ ਨਹੀਂ ਦਿਲਪ੍ਰੀਤ ਵੀਰੇ ਲਾਸਟ ਕੁਆਟਰ ਫਾਈਨਲ ਆ ਜੀ ਲਾਸਟ ਕੁਆਟਰ ਪਹਿਲਾ ਸੈਮੀ ਜਿਹੜਾ ਨਿਕਲਿਆ ਉਹ ਦਿਲਪ੍ਰੀਤ ਕਲੱਬ ਬਾਰੇਕਾ ਦਾ ਨਿਕਲਿਆ ਜੀ ਤੁਹਾਡੀ ਟੀਮ ਦਾ ਸ਼ੇਰੂ ਢਾਬਾ ਖੇਡਦਾ ਦਿਖਾਉਂਦੀ ਆ ਦੀ ਟੀਮ ਨਾਲ ਹਰਮਨ ਖੇਡੂ ਸਰਾਜ ਵਾਲੀ ਆ ਪਹਿਲਾ ਸੈਮੀ ਉਹ ਦਿਖਾਵਾਂਗੇ ਦੂਜਾ ਸੈਮੀ ਹੋਣਾ ਜਿਹੜੀ ਇਹਨਾਂ 'ਚੋਂ ਜਿੱਤ ਗਈ ਰੈਸਰ ਅਤੇ ਚੈਣੇਵਾਲ 'ਚੋਂ ਉਹਦਾ ਸੈਮੀ ਹੋਣਾ ਦੂਜਾ ਜੀ ਮਾਨ ਖੇੜੀ ਟੀਮ ਨਾਲ ਇਹ ਅਪਡੇਟ ਆ ਬਈ ਕਿੰਨੇ ਸਕੋਰ ਆ ਜੀ ਯਾਰ 6-11 ਸਕੋਰ ਆ ਜੀ 6 ਚੈਣੇਵਾਲ 11 ਰੈਸਰ ਰਾਏਪੁਰ ਹਰ ਗਈ ਵੀਰੇ ਹਰ ਗਈ ਜੀ ਦਿਖਾਉਂਦੀ ਇਹਨੂੰ ਹਰ ਗਈ ਵੀਰੇ ਰਾਏਪੁਰ ਮਾਨ ਖੇੜੇ ਵਾਲੇ ਨਰੋਲ ਹੀ ਆ ਮੇਰੇ ਹਿਸਾਬ ਨਾਲ ਮੁੰਡੇ ਬਾਈ ਸਕੋਰ 12 ਹੋ ਗਏ ਉੱਧਰ 12-6 ਹੋ ਗਏ ਸਿਮਰਨ ਸੀਨੀ ਵਾਲ ਵੀਰੇ 12 ਰੈਸਰ 6 ਚੈਣੇਵਾਲ ਬਾਈ ਬੁਲਾਓ ਸੈਮੀ ਫਾਈਨਲ ਪਹਿਲਾਂ ਟੀਮਾਂ ਨੂੰ ਬੁਲਾਓ ਬਾਈ ਕਿਉਂ ਮਾੜਾ ਕਮੈਂਟਰੀ ਵਾਲੇ ਨੂੰ ਬਾਈ ਸੱਦ ਲਓ ਟੀਮਾਂ ਸੈਮੀ ਵਾਲੀਆਂ ਹਰ ਗਿਆ ਵੀਰੇ ਆਓ ਜੀ ਦਿਲਪ੍ਰੀਤ ਗਿੱਲ ਕੈਨੇਡਾ ਕਲੱਬ ਬਾਰੇਕਾ ਦੇ ਦਸੌਂਦੀ ਆ ਜੀ ਪਹਿਲਾ ਸੈਮੀਫਾਈਨਲ ਮੁਕਾਬਲਾ ਖੇਡਣ ਦੇ ਲਈ 2 ਨੰਬਰ ਗਰਾਊਂਡ 'ਚ ਜੀ ਦਸੌਂਦੀ ਦੀ ਟੀਮ ਦੇ ਖਿਡਾਰੀ ਜਿਹੜੇ ਆ ਜਾਣ ਨਾਲ ਟੀਮ ਜਿਹੜੀ ਬਾਰੇਕੇ ਦੀ ਆ ਜੀ ਜਲਦੀ ਦੇ ਨਾਲ ਪਹਿਲਾ ਸੈਮੀਫਾਈਨਲ ਮੁਕਾਬਲਾ ਜਿਹੜਾ ਖੇਡਿਆ ਜਾਣਾ ਜਿਹੜੀ ਇਹਨਾਂ 'ਚੋਂ ਜਿੱਤ ਗਈ ਖੇਡੂ ਮਾਨ ਖੇੜੀ ਦੀ ਟੀਮ ਦੇ ਨਾਲ ਗੱਲਾਂ ਜਿਹੜੀਆਂ ਹੋਣਗੀਆਂ ਪਰ ਸਾਹਮਣੇ ਕਿਤੇ ਨਾਗਰੇ ਵਾਲਾ ਪਿਰਥੀ ਟਰਾਈ ਕਰਦਾ ਹੈ ਖੇਡ ਦੇ ਮੈਦਾਨ ਦੇ ਅੰਦਰ ਦੂਜੇ ਪਾਸੇ ਟੀਮ ਕਹਿੰਦੇ ਮੈਂਡੀ ਸ਼ਰਮਾ ਕਲੱਬ ਚੈਣੇਵਾਲ ਦੀ ਵੀ ਇੱਕ ਮੰਨੀ ਤੇ ਜਿਹੜੇ ਖਿਡਾਰੀ ਜਿਹੜੇ ਖੇਡ ਰਹੇ ਨੇ ਇੱਕ ਪਾਸੇ ਕਹਿੰਦੇ ਛੱਤੀਰ ਵਾਲੇ ਪਿੰਡ ਦਾ ਸਚਿਨ ਖੇਡਦਾ ਹੈ ਇੱਧਰਲੇ ਪਾਸੇ ਕਹਿੰਦੇ ਰਾਇਸਰ ਪਿੰਡ ਦਾ ਜੱਸਾ ਨਾਲ ਕਹਿੰਦੇ ਨਾਗਰੇ ਪਿੰਡ ਦਾ ਪਿਰਥੀ ਮੇਰੇ ਮਿੱਤਰੋ ਇੱਕ ਲੰਬੀ ਪਾਰੀ ਦਾ ਘੋੜਾ ਆਪਾਂ ਕਹਿ ਲਈਏ ਦੋ ਨਾ ਪਰ ਸਾਹਮਣੇ ਇੱਧਰਲੇ ਪਾਸੇ ਇੱਕ ਹੋਰ ਨੰਬਰ ਜਿਹੜਾ ਮੁੰਡਿਆਂ ਨੇ ਜੋੜ ਦਿੱਤਾ ਹੈ ਆਪਣੀ ਟੀਮ ਦੇ ਲਈ ਨੰਬਰ ਦੱਸੀ ਇੱਕ ਵਾਰੀ ਕਿੰਨੇ ਕਿੰਨੇ ਹੋ ਗਏ ਵੀਰੇ
ਰਾਏਪੁਰ ਹਰ ਗਈ ਵੀਰੇ ਹਰ ਗਈ ਜੀ ਕਿੰਨੇ ਕਿੰਨੇ ਨੰਬਰ ਹੈ ਜੀ ਇੱਕ ਨੰਬਰ ਗਰਾਊਂਡ ਦੇ 13-6 ਹੋ ਗਏ ਮੇਰੇ ਹਿਸਾਬ ਨਾਲ 13-6 ਅਜੇ ਕੁਆਟਰ ਆ ਵੀਰੇ ਕੁਆਟਰ ਫਾਈਨਲ ਨਹੀਂ ਹੈ ਫਾਈਨਲ ਤਾਂ ਦੂਰ ਆ ਜੇ 13 ਤੇ 6 ਅੱਧ ਵੱਡਾ ਫਰਕ ਜਿਹੜਾ ਪੈ ਚੁੱਕਿਆ ਖੇਡ ਦੇ ਮੈਦਾਨ ਦੇ ਅੰਦਰ 13 ਨੰਬਰ ਜਿਹੜੇ ਰਾਏਪੁਰ ਦੀ ਟੀਮ ਵੀ ਕਰ ਹੋਣਗੇ ਤੇ 6 ਨੰਬਰ ਜਿਹੜੇ ਉਧਰਲੇ ਪਾਸੇ ਬੈਂਟੀ ਸ਼ਰਮਾ ਦਾ ਕਹਿਣੇ ਵਾਲੀ ਟੀਮ ਦੇ ਭਾਈ ਜੀ ਪਹਿਲੇ ਸੈਮੀ ਫਾਈਨਲ ਮੁਕਾਬਲੇ ਦੀਆਂ ਟੀਮਾਂ ਆਓ ਜੀ ਲਓ ਜੀ 14ਵਾਂ ਵੀ ਜੁੜ ਗਿਆ ਭਾਈ ਪਹਿਲੇ ਸੈਮੀ ਫਾਈਨਲ ਮੁਕਾਬਲੇ 14-6 ਹੋ ਗਏ ਵੀਰੇ ਜਲਦੀ ਦੇ ਨਾਲ 2 ਨੰਬਰ ਗਰਾਊਂਡ 'ਚ ਦਸੌਂਦੀਆ ਤੇ ਬਾਰੇਕਾ ਜਲਦੀ ਦੇ ਨਾਲ ਟੀਮਾਂ ਦੇ ਖਿਡਾਰੀ ਜਿਹੜੇ ਆ ਜਾਣ ਖੇਡ ਦੇ ਮੈਦਾਨ ਦੇ ਅੰਦਰ ਸਾਹਮਣੇ ਕਹਿੰਦੇ ਸਰਵਿਸ ਜਿਹੜੀ ਇੱਕ ਵਾਰ ਫਿਰ ਤੋਂ ਜਿਹੜੀ ਚੇਂਜ ਹੋ ਚੁੱਕੀ ਹੈ ਬਾਈ ਜੀ ਸੈਮੀ ਦੀਆਂ ਆਓ ਜੀ ਟੀਮਾਂ ਜਲਦੀ ਦੇ ਨਾਲ ਸੈਮੀ ਫਾਈਨਲ ਮੁਕਾਬਲਾ ਖੇਡਣ ਦੇ ਲਈ ਲਾਈਟਾਂ ਜਿਹੜੀਆਂ ਜਰੂਰ ਬੰਦ ਕਰ ਦਈਏ ਆਪਾਂ ਉਧਰਲੇ ਪਾਸੇ ਕਹਿੰਦੇ ਪਰਮ ਚੈਨੇ ਵਾਲੀ ਦੀ ਧਰਤੀ ਦਾ ਜੋ ਪਟਰਾਈ ਕਰਦਾ ਹੈ ਇਧਰਲੇ ਪਾਸੇ ਕਦੇ ਰਾਏਸਰ ਦਾ ਜੱਸਾ ਨਾਲ ਕਦੇ ਜੱਸੀ ਵਰਗੇ ਮੁੰਡੇ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਅੰਦਰ ਟੀਮ ਇਧਰਲੇ ਪਾਸੇ ਵੀ ਬੜੀ ਭਾਰੀ ਬਣੀ ਹੈ ਹੁਣ ਸਿਕੰਦਰ ਸੋਹੀ ਵੀ ਲਾਈਵ ਜੁੜ ਗਿਆ ਆਸਟ੍ਰੇਲੀਆ ਵਾਲਾ ਵੈਲਕਮ ਜੀ ਸਿਕੰਦਰ ਸੋਹੀ ਆਸਟ੍ਰੇਲੀਆ ਬਾਈ ਮੇਲਾ ਕਦੇ ਮਾਨਸਾ ਕੈਂਚੀਆਂ ਦਾ ਧੱਕ ਤੇ ਪੈਣੀ ਹੈ ਵਧੀਆ 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 ਸੁੱਖ ਵਧੀਆ ਵੀਰੇ ਸੁਖਦੀਪ ਵਰਗੇ ਜੁਝਾਲ ਵਰਗੇ ਮੁੰਡੇ ਨੇ ਮੁੰਡੇ ਕਹਿੰਦੇ ਬਹੁਤ ਤਕੜਾ ਕਹਿੰਦੇ ਖੇਡੀ ਆਉਂਦੇ ਨੇ ਤੇ ਗੱਲਾਂ ਬਾਤਾਂ ਕਹਿੰਦੇ ਲੱਗੀਆਂ ਪਈਆਂ ਨੇ ਟਿਕਾਣੇ ਮੁੰਡਿਆਂ ਦਾ ਜ਼ੋਰ ਕਹਿੰਦੇ ਪੂਰਾ ਲੱਗਿਆ ਹੈ ਲੱਗੇ ਵੀ ਕਿਉਂ ਨਾ ਮੈਚ ਕਹਿੰਦੇ ਕੁਆਟਰ ਹੈ ਜਿਹੜੀ ਜਿੱਤ ਕੇ ਖੇਡੂਗੀ ਸੈਮੀ ਮਾਨ ਖੇੜੇ ਦੀ ਟੀਮ ਦੇ ਨਾਲ ਗੱਲਾਂ ਜਿਹੜੀਆਂ ਹੋਣਗੀਆਂ ਪਰ ਸਾਹਮਣੇ ਕਹਿੰਦੇ ਸੈਮੀ ਖੇਡਣ ਦੇ ਲਈ ਹਾਲੇ ਜ਼ੋਰ ਲੱਗਣਾ ਮੇਰੇ ਮਿੱਤਰੋ ਸਮਾਂ ਲੱਗਣਾ ਟਾਈਮ ਲੱਗਣਾ ਹੈ ਵੀ ਮੂਰਖਾਂ ਦਾ ਕੰਮ ਗੱਲ ਗੱਲ ਉੱਤੇ ਹੱਸਣਾ ਸਿਆਣੀ ਗੱਲ ਸਦਾ ਉਹ ਬਾਲ ਓਏ ਜੱਸੇ ਯਾਰ ਬਹੁਤ ਅਗੜੀ ਬਾਲ ਕੰਮ ਗੱਲ ਨਾ 15 ਹੋ ਗਏ ਮਰਦ ਗਲਾਂ ਦੇ ਪਰਦੇ ਨਾਰ ਦੇ ਹੱਤੀ ਲਾਈ ਅੱਗ ਛੇਤੀ ਬੁਝੇ ਨਾ ਪੈਂਦੀ ਬਣ ਕੇ ਭਾਫੜ ਮੱਚ ਲੋਕ ਵਧੀਆ ਵਧੀਆ ਰੇਸਮ ਬਰੇ ਗੁੱਜੀ ਦੇ ਦੀ ਬੋਲਦੀ ਗਰਾਉਂਡਾਂ ਵਿੱਚ ਤੇ ਕਦੇ ਨਾ ਲੁਕਾਇਆ ਲੁਕੇ ਸੱਚ ਲੋਕ ਵਾਲਿਆ ਬਾਈ ਜੀ ਦਸੌਂਦੀਆ ਦੀ ਟੀਮ ਆਵੇਗੀ ਜਲਦੀ ਦੇ ਨਾਲ ਦਸੌਂਦੀਆ ਤੇ ਬਾਰੇਕਾ ਇਹਨਾਂ ਟੀਮਾਂ ਦੇ ਖਿਡਾਰੀ ਪਹਿਲਾ ਸੈਮੀ ਫਾਈਨਲ ਮੁਕਾਬਲਾ ਜਿਹੜਾ 2 ਨੰਬਰ ਗਰਾਊਂਡ 'ਚ ਖੇਡਿਆ ਜਾਣਾ ਹੈ ਜੀ ਨੰਬਰ 1 ਹੋਰ ਤਿੰਨੇ ਮੁੰਡੇ ਨੇ ਮੇਰੇ ਮਿੱਤਰੋ ਜਿਹੜਾ ਜੋੜ ਦਿੱਤਾ ਹੈ ਖੇਡ ਦੇ ਮੈਦਾਨ ਦੇ ਅੰਦਰ ਮੁੰਡਾ ਕਹਿੰਦੇ ਰਾਏਸਰ ਦੀ ਧਰਤੀ ਦਾ ਕਹਿੰਦੇ ਨੌਜਵਾਨ ਬੱਲੇ ਬੱਲੇ ਕਰਵਾ ਗਿਆ ਹੈ ਪੱਟੀ ਜਿਹੜੀ ਤੋੜ ਦਿੱਤੀ ਆ ਮੁੰਡੇ ਨੇ ਵੀ ਜੇਬਾਂ ਵਿੱਚ ਭਰੇ ਤੇਰੇ ਮਿਹਣੇ ਅਲੜੇ ਰੱਬ ਦੇ ਹੁੰਦੇ ਆ ਲੈਣੇ ਦੇਣੇ ਅਲੜੇ ਉਹ ਬਾਲ ਓਏ ਪਰਥੀ ਯਾਰ ਲਾਸਟ ਪੁਆਇੰਟ ਆ ਗਿਆ ਵੀਰੇ ਰਾਏਸਰ ਦੀ ਨੀਂਦ ਦਾ ਲਾਸਟ ਪੁਆਇੰਟ ਜੀ ਟਿਕਾਣੀ ਗੱਲ ਲਾ ਗਿਆ ਪਹਿਲਾਂ ਸੈਮੀ ਸ਼ੇਰੂ ਦਾ ਦਿਖਾਵਾਂਗੇ ਸੌਂਦੀ ਆਈ ਟੀਮ ਨਾਲ ਹਰਮਨ ਖਰਾਜ ਵਾਲੇ ਨਾਲ ਵੀਰੇ ਬਾਰੇ ਕਹਿੰਦਾ ਸੈਮੀ 11 ਦਾ ਟਾਈਮ ਆ ਗਿਆ ਚੈੱਕ ਕਰ ਲਈ ਕਲੌਕ ਜਾ ਕੇ ਕੰਧ ਤੇ ਵੱਡੀ ਸੂਈ ਤੇ 11 ਦਾ ਕਲਜਿੰਦਰ ਧਾਲੀਵਾਲ ਯੂਐਸਏ ਕੀ ਵਾਲਾ ਕਲਜਿੰਦਰ ਵੀਰੇ ਅਸੀਂ ਗੱਲ ਜੀ ਦਿੱਤਾ ਹੈ ਖੇਡ ਦੇ ਮੈਦਾਨ ਦੇ ਅੰਦਰ ਵੀ ਵੈਲੀ ਬਣਦੇ ਨਹੀਂ ਅੱਜ ਦੇ ਨਿਆਣੇ ਬੱਲੀਏ ਅਸੀਂ ਬੋਲਦੇ ਨਹੀਂ ਖੁੰਡ ਹਾਂ ਪੁਰਾਣੇ ਬੱਲੀਏ ਇਹਨਾਂ ਡੋਲਿਆਂ ਨੇ ਸਾੜ ਦੇਣਾ ਕੰਮ ਨਹੀਂ ਮੂੰਹ ਤੇ ਥੁੱਕ ਦੀ ਜੇ ਚੱਕੇ ਹਥਿਆਰ ਜੱਟ ਨੇ ਦਿਨ ਦੇਖੇ ਜਿੰਨੇ ਪਿੰਡ ਦੀ ਮੰਡੀਰ ਨੇ ਉਹਨੇ ਦੇਖੇ ਆ ਨਹੀਂ ਇਕੱਲੇ ਐਤਵਾਰ ਜੱਟ ਨੇ ਦਿਨ ਦੇਖੇ ਜਿੰਨੇ ਪਿੰਡ ਦੀ ਮੰਡੀਰ ਨੇ ਉਹਨੇ ਵੇਖੇ ਆ ਨਹੀਂ ਇਕੱਲੇ ਐਤਵਾਰ ਜੱਟ ਨੇ ਬੇਨਤੀ ਆ ਜੀ ਸਾਡੀ ਵੀਰਾਂ ਨੂੰ ਪਹਿਲਾ ਸੈਮੀ ਫਾਈਨਲ ਮੁਕਾਬਲਾ ਦਸੌਂਦੀਆ ਤੇ ਬਾਰੇਕਾ ਬਹੁਤ ਤਕੜਾ ਮੁਕਾਬਲਾ ਜਿਹੜਾ ਖੇਡਿਆ ਜਾਣਾ ਚੋਟੀ ਦੀ ਟੱਕਰ ਜਿਹੜੀ ਖੇਡੀ ਜਾਣੀ ਹੈ ਵੈਲਕਮ ਵੈਲਕਮ ਕੁਲਜਿੰਦਰ ਵੀਰੇ ਸੱਤ ਲਾਸਟ ਵੀਰੇ ਤੈਨੂੰ ਵੀਰੇ ਕਿੰਨੀ ਕੁਆਟ ਪੈ ਜਾਂਦੀ ਇੱਥੋਂ ਮੈਨੂੰ ਇੱਥੋਂ
ਬਰਨਾਲਾ ਹੋਊ 45 ਇਥੋਂ ਹਾਂ 45 44 45 ਹੈਗਾ ਬਸ 30 ਗਾਹ ਸਾਡੇ ਹੀ ਨਹੀਂ ਆਪਣੀ ਬਰੋਬਰ 80 ਆਪਣੀ ਹਾਂ ਬਸ ਇੰਨੀ ਕੀ ਮੈਨੂੰ ਓਏ ਆ ਭਾਈ ਚਲ ਸੰਗਰੂਰ ਓਏ ਬਾਲ ਹੋਇਆ ਬਹੁਤ ਤਗੜੀ ਬਾਲ ਮਾਰੀ ਲਾਓ ਸਾਹਮਣੇ ਕਦੇ ਜੱਸੇ ਨੇ ਬੜੀ ਸਮਾਂ ਮਾਰੀ ਜੱਸੇ ਨੇ ਬਾਈ ਖੇਡ ਗਰਾਊਂਡ ਦੇ ਅੰਦਰ ਨੰਬਰ 1 ਹੋਰ ਇਧਰਲੇ ਪਾਸੇ ਕਦੇ ਰਾਈਸਰ ਦੀ ਗੀਲ ਦੀ ਸੀ ਜਿਹੜਾ ਜਾ ਜੁੜ ਗਿਆ ਹੈ ਬਾਈ ਜੀ ਸੈਮੀ ਫਾਈਨਲ ਮੁਕਾਬਲੇ ਦੀਆਂ ਟੀਮਾਂ ਉਹ ਜੀ ਦਸੌਂਦੀਆਂ ਤੇ ਬਾਰੇਕਾ ਜਲਦੀ ਦੇ ਨਾਲ ਦਸੌਂਦੀਆਂ ਦੀ ਟੀਮ ਕਿੱਥੇ ਹੈ ਜੀ ਰਵਿੰਦਰ ਕਮੋਜ ਕਾਲੂ ਆਣਾ ਵੀਰੇ ਕੁਆਟਰ ਮੈਚ ਆ ਜੀ ਲਾਸਟ ਕੁਆਟਰ ਕਿਉਂ ਕੀ ਗੱਲ ਹੋ ਗਈ ਬਹੁਤ ਕੁਆਟਰਾ ਕੁਆਟਰ ਵੀਰੇ ਕੁਆਟਰ ਜੀ ਲਓ ਜੀ ਵੀਰੇ ਰੈਸਰ ਦੀ ਟੀਮ ਜਿੱਤ ਚੁੱਕੀ ਆ ਜੀ ਦੇਖ ਲਓ ਉੱਧਰ ਖੇਡਣਾ ਟੀਮ ਕੀ ਕਹਿੰਦੀ ਹੈ